code ANYCOMINGBOY. ਓਕੇ ਹੈਲੋ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਸਾਰੇ ਵਧੀਆ ਵਧੀਆ ਤੁਸੀਂ ਸੁਣਾ ਉਹ ਵੀ ਬੰਦ ਹੋ ਗਿਆ ਨਾ ਕੀ ਜੀ ਢੋਲ ਵੱਜੀ ਜਾਂਦਾ ਸੀ ਢੋਲ ਦੀ ਗੱਲ ਬੋਲਦਾ ਬੋਲ ਨਹੀਂ ਢੋਲ ਸੀ ਢੋਲ ਸੀ ਤੈਨੂੰ ਤਾਂ ਅਸੀਂ ਬੁਲਾਇਆ ਨਹੀਂ ਕਰਨਾ ਇਹਨਾਂ ਕੱਟੀ ਕਰ ਦੋ ਸਾਰੇ ਕੱਟੀ ਓਕੇ ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੋਪ ਸਾਰੇ ਵਧੀਆ ਹੋਣਗੇ ਤੇ ਅਸੀਂ ਵੀ ਸਾਰੇ ਵਧੀਆ ਅੱਜ ਮੌਸਮ ਨੇ ਵਧੀਆ ਨਹੀਂ ਅਸੀਂ ਤਾਂ ਬਹੁਤ ਜ਼ਿਆਦਾ ਘੈਂਟ ਓਕੇ ਅਸੀਂ ਨਾ ਥੋੜ੍ਹਾ ਜਿਹਾ ਤੁਹਾਨੂੰ ਦੱਸ ਦੇਵਾਂ ਅਸੀਂ ਗਏ ਹੋਏ ਸੀ ਲੁਧਿਆਣੇ ਕੋਈ ਖਾਸ ਜ਼ਰੂਰੀ ਕੰਮ ਸੀ ਅਤੇ ਲੁਧਿਆਣੇ ਇੰਨਾ ਕੁ ਮੀਂਹ ਨੇ ਲਹੂ ਪੀਤਾ ਇੰਨਾ ਕੁ ਲਹੂ ਪੀਤਾ ਇੰਨਾ ਕੁ ਲਹੂ ਪੀਤਾ ਤੁਸੀਂ ਸੋਚ ਵੀ ਨਹੀਂ ਸਕਦੇ ਮਤਲਬ ਮਿੰਟ ਦਾ ਰਸਤਾ ਸੀ ਦੋ ਘੰਟੇ ਜਿਹੜਾ 10 ਮਿੰਟ ਦਾ ਰਸਤਾ ਸੀ ਉਹ 2 ਘੰਟਿਆਂ ਦੇ ਵਿੱਚ ਕਵਰ ਕੀਤਾ ਅਤੇ ਪਾਣੀ ਤੁਸੀਂ ਯਕੀਨ ਮੰਨੋ ਵੀ ਜਿਹੜੀ ਗੱਡੀ ਸੀਗੀ ਨਾ ਇੰਨੀ ਇੰਨੀ ਪਾਣੀ ਦੇ ਵਿੱਚ ਡੁੱਬੀ ਆਈ ਆ ਅਤੇ ਜੇ ਬਾਰੀ ਖੋਲ੍ਹ ਲੈਂਦੇ ਤਾਂ ਕੰਮ ਫਤਿਹ ਸੀ ਲੋਹੜੀ ਵਾਲੇ ਆਏ ਆ ਇਹ ਉਹ ਦੂਸਰੇ ਇਹ ਲੋਹੜੀ ਵਾਲੇ ਪਲਾਂਟ ਕਿੰਨੇ ਨਵੀਂ ਨਵੀਂ ਹੋ ਗਏ ਹਾਂ ਅਸੀਂ ਪਲਾਂਟ ਬਾਹਰ ਰੱਖਿਆ ਸੀ ਅਸੀਂ ਅੰਦਰੋਂ ਇੱਕ ਵਾਰੀ ਕੱਢਦੇ ਸੀਗਾ ਮੀਂਹ ਦਾ ਪਾਣੀ ਥੋੜ੍ਹਾ ਜਿਹਾ ਪੈ ਜੂ ਅਤੇ ਥੋੜ੍ਹਾ ਜਿਹਾ ਵਧੀਆ ਬਣ ਜਾਣਗੇ ਪਲਾਂਟਸ ਇਹ ਜਲਦੀ ਭੁੱਜ ਕੇ ਚਲੋ ਚਲੋ ਦੇਖਣਾ ਨਹੀਂ ਅਤੇ ਓਕੇ ਹੁਣ ਸਾਡਾ ਟਾਈਮ ਆ ਤੁਹਾਨੂੰ ਦੱਸ ਦੇਵਾਂ ਗੋਲ ਗੱਪੇ ਲਿਆਉਂਦੇ ਪਹਿਲਾਂ ਗੋਲੋ ਪੇ ਖਾ ਲਈਏ ਬਾਅਦ 'ਚ ਗੱਲ ਕਰਦੇ ਇਹ ਗੋੜਾ ਲੱਗਿਆ ਗੋਲੋ ਪਿਆ ਦਾ ਨਵਾਂ ਮਸਾਲਾ ਸਾਡਾ ਮਿਓਨੀਜ਼ ਵਾਲਾ ਵਿੱਚ ਸਵੀਟ ਕੋਰਨ ਪਾ ਲਈ ਵਿੱਚ ਆਲੂ ਨਾਲੇ ਪਿਆਜ਼ ਇਹ ਸਾਡਾ ਮਸਾਲਾ ਘਰ ਦਾ ਬਣਿਆ ਹੋਇਆ ਆਹ ਮਸਾਲਾ ਜਿਹੜਾ ਰੈਡੀਮੇਡ ਗੋਲ ਗੱਪਿਆਂ ਵਾਲੇ ਨਾਲ ਦਿੱਤਾ ਇਹ ਸਾਡੇ ਛਾਂਗੂ ਮੰਗੂ ਹੌਲੀ ਆਵੋ ਹੌਲੀ 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 ਤੈਨੂੰ ਅਸੀਂ ਲੈ ਕੇ ਨਹੀਂ ਜਾਇਆ ਕਰਨਾ ਕਿਤੇ ਵੀ ਜਦੋਂ ਵੇਖੋ ਬਾਹਰ ਜਾ ਕੇ ਭੱਜੂਗੀ ਅੱਗੇ ਵਹੀਕਲਾਂ ਦੇ ਹੁਣ ਸਾਨੂੰ ਬੁਲਾਈ ਨਾ ਤੂੰ ਸੁਣ ਗਿਆ ਕਿਉਂ ਬੁਲਾਏਂਗੀ ਅਸੀਂ ਬੋਲਣਾ ਹੀ ਨਹੀਂ ਤੇਰੇ ਨਾਲ ਤੇਰੇ ਨਾਲ ਖੇਡਿਆ ਨਹੀਂ ਕਰਨਾ ਅਸੀਂ ਚਾਚੀ ਨਾਲ ਖੇਡੇਗਾ ਤੂੰ ਵੱਡਾ ਮੈਂ ਚਾਚੀ ਨੂੰ ਵੀ ਕਹਿ ਦੂੰਗਾ ਤੇਰੇ ਨਾਲ ਨਾ ਖੇਡੂ ਮੈਂ ਤੇਰੀ ਮੰਮਾ ਨੂੰ ਵੀ ਕਹਿ ਦੂੰਗਾ ਵੀ ਅਬੂ ਨਾਲ ਨਹੀਂ ਖੇਡਣਾ ਮੈਂ ਪਾਪਾ ਨੂੰ ਵੀ ਕਹਿ ਦੂੰਗਾ ਵੀ ਅਬੂ ਨਾਲ ਨਹੀਂ ਖੇਡਣਾ ਸ਼ਰਾਰਤਾਂ ਕਰਦੀ ਆ ਓਕੇ ਤੇ ਜਿਹੜਾ ਮੰਮੀ ਐਂ ਕਰਕੇ ਹੱਥ ਮਾਰੀ ਜਾਂਦੀ ਸੀ ਨਾ ਮੰਮੀ ਹੈਲੋ ਨਹੀਂ ਕਹਿੰਦੇ ਪਏ ਸੀ ਮੰਮੀ ਇਹ ਕਹਿੰਦੇ ਸੀ ਮੇਰੀ ਵੀਡੀਓ ਨਾ ਬਣਾ ਓਕੇ ਤੇ ਇੱਕ ਨਾ ਜਿਹੜੇ ਆ ਤੁਸੀਂ ਹੁਣ ਇਸ ਤੋਂ ਬਾਅਦ ਜਿਹੜੇ ਥੋੜ੍ਹੇ ਜਿਹੇ ਬਲੂਪਰਸ ਵੇਖੋਗੇ ਨਾ ਸਾਡੀ ਮਤਲਬ ਕਿਸੇ ਕੰਪਨੀ ਨਾਲ ਗੱਲਬਾਤ ਚੱਲਦੀ ਵੀ ਆ ਕਲੈਬਰੇਸ਼ਨ ਦੀ ਵੀ ਅਸੀਂ ਉਹਨਾਂ ਨਾਲ ਕਲੈਬ ਕਰਨਾ ਉਹਨਾਂ ਲਈ ਵੀਡੀਓ ਬਣਾਉਣੀ ਆ ਅਤੇ ਵੀਡੀਓ ਬਣਾਉਣ ਲੱਗੇ ਜੋ ਮਤਲਬ ਸਾਡੇ ਨਾਲ ਹੋਇਆ ਜੋ ਅਸੀਂ ਹੱਸ ਹੱਸ ਕੇ ਕਮਲੇ ਹੋਏ ਨਾ ਮਤਲਬ ਹੁਣ ਸਾਡਾ ਮਤਲਬ ਹੌਲੀ ਹੌਲੀ ਜਿਵੇਂ ਜਿਵੇਂ ਆਪਣਾ ਯੂਟਿਊਬ ਚੈਨਲ ਗਰੋ ਕਰ ਰਿਹਾ ਚੱਲ ਵਿਊਜ਼ ਭਲਾਂ ਥੋੜ੍ਹਾ ਡਾਊਨ ਹੋ ਗਿਆ ਪਰ ਫਿਰ ਵੀ ਸਬਸਕ੍ਰਾਈਬਰ ਨੰਬਰ ਵੀ ਠੀਕ ਆ ਹੁਣ ਉਸ ਦੇ ਅਕੋਰਡਿੰਗ ਵੇਖਦੇ ਹੋਏ ਆਪਣੇ ਨਾਲ ਕਲੈਬਰੇਸ਼ਨ ਕਰਨ ਵਾਸਤੇ ਕੋਈ ਛੋਟੀ ਕੰਪਨੀ ਨਹੀਂ ਵੱਡੀਆਂ ਕੰਪਨੀਆਂ ਨਾਲ ਆਪਣੀ ਗੱਲਬਾਤ ਹੋਈ ਆ ਉਹਨਾਂ ਨਾਲ ਹੁਣ ਆਪਣੀਆਂ ਕਲੈਬ ਦੀਆਂ ਵੀਡੀਓ ਆਇਆ ਕਰਨਗੀਆਂ ਕਲੈਬਰੇਸ਼ਨ ਹੋਇਆ ਕਰੂਗੀ ਕਿਉਂਕਿ ਹੌਲੀ ਹੌਲੀ ਫਿਰ ਹੀ ਐਂ ਸਟੈਪ ਬਾਏ ਸਟੈਪ ਹੀ ਗਾਂਹ ਵਧੇ ਜਾਊਗਾ ਇਹ ਜਿਹੜੇ ਮਤਲਬ ਬਲੂਪਰਸ ਤੁਸੀਂ ਅੱਗੇ ਵੇਖੋਗੇ ਨਾ ਉਹ ਹੈਗੇ ਆ ਫਰੋਮ ਅਪਕਮਿੰਗ ਵੀਡੀਓਜ਼ ਤੋਂ ਮਤਲਬ ਜਿਹੜੀਆਂ ਹਜੇ ਵੀਡੀਓਜ਼ ਆਉਣੀਆਂ ਮਤਲਬ ਸ਼ੂਟ ਹੋਈ ਆ ਤੁਸੀਂ ਵੇਖੋ ਤੇ ਇੰਜੋਏ ਕਰੋਗੇ ਪੱਕੀ ਗੱਲ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਵੇਂ ਦਾ ਲੱਗਿਆ ਨਾ ਮਤਲਬ ਜਿਹੜੀ ਚੀਜ਼ ਉਹਨੇ ਪੋਸਟ ਕੀਤੀ ਆ ਇਹ ਮਤਲਬ ਕੀ ਚੀਜ਼ ਸ਼ੂਟ ਕੀਤੀ ਆ ਆਉਣ ਵਾਲੀਆਂ ਕੁਛ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਤੇ ਚਲੋ ਪਹਿਲਾਂ ਤੁਸੀਂ ਇਹ ਬਲੂਪਰਸ ਵੇਖੋ ਫਿਰ ਦੱਸੋ ਹੈ ਨਾ ਵੀ ਇਹ ਬਲੂਪਰਸ ਕਿੱਦਾਂ ਦੇ ਲੱਗੇ ਤੇ ਫਲਿੱਪਕਾਰਟ ਤੇ ਓਕੇ ਫਲਿੱਪਕਾਰਟ ਯਾਰ ਸ਼ੁਰੂ ਕਰ ਲਾ ਐਂ ਤਾਂ ਫਿਰ ਬਣ ਹੀ ਨਹੀਂ ਆਪਣੇ ਤੋਂ ਤੁਸੀਂ ਕਰਕੇ ਸ਼ੁਰੂ ਕਰ ਫਲਿੱਪਕਾਰਟ ਦੇ ਵਿੱਚ ਜਿਹੜੀ ਅਸੀਂ ਜੁਐਲਰੀ ਮੰਗਾਈ ਆ ਉਹ ਮਤਲਬ ਕਿ ਉਹਦੇ ਵਿੱਚ ਇੰਨੀ ਸੋਹਣੀ ਲੇਟੈਸਟ ਡਿਜ਼ਾਈਨ ਆ ਅਤੇ ਹਰ ਹਫ਼ਤੇ ਇਹਦੇ ਵਿੱਚ ਓਹੋ
ਦੁਬਾਰਾ ਟੇਕ ਇੱਕ ਟੇਕ ਹੋਰ ਲੈਂਦੇ ਹਾਂ ਲੇਟੈਸਟ ਡੀ ਫਲਿੱਪਕਾਰਟ ਦੇ ਵਿੱਚ ਜੇ ਕੋਈ ਨਹੀਂ ਆਪਾਂ ਅਗਲੀ ਟਰਾਈ 'ਚ ਬਣਾਉਂਦੇ ਅਤੇ ਫਲਿੱਪਕਾਰਟ ਐਵੇਂ ਥੋੜ੍ਹਾ ਨਾ ਬਣ ਗਿਆ ਇੰਡੀਆ ਦਾ ਫੈਸ਼ਨ ਕੈਪੀਟਲ। ਫਲਿੱਪਕਾਰਟ ਦੀ ਜਿਹੜੀ ਜਵੈਲਰੀ ਉਹ ਲੇਟੈਸਟ ਡਿਜ਼ਾਈਨ ਹੈ ਅਤੇ ਹਰ ਹਫ਼ਤੇ ਕੀ ਕਰੀਏ ਓਏ ਹੋਏ ਚੱਲ ਸਿੱਧੀ ਬੈਠ ਅੱਜ ਅਸੀਂ ਸ਼ੂਟ ਕਰਕੇ ਰਵਾਂਗੇ ਫਲਿੱਪਕਾਰਟ ਓਹੋ ਸ਼ੂਟ ਨਹੀਂ ਕਰਦੇ ਨਹੀਂ ਨਹੀਂ ਕਰਦੇ ਕਰਦੇ ਚੱਲ ਚੱਲ ਬੰਦ ਕਰਦੀ ਸੀਰੀਜ਼ ਹੁਣ ਤੂੰ ਸੈੱਟ ਹੋ ਜਾ ਓਕੇ ਰਿਪੋਰਟ ਹੋ ਜਾ ਬੰਦ ਹੀ ਕਰ ਲੈ ਓਕੇ ਜੀ ਬਲੂਪਰ ਤੁਸੀਂ ਵੇਖ ਲੈਣੇ ਤਾਂ ਸਮਝ ਹੀ ਗਏ ਹੋਗੇ ਵੀ ਅੱਗੇ ਕੋਈ ਬ੍ਰਾਂਡ ਕੋਲੈਬੋਰੇਸ਼ਨ ਆ ਰਹੀ ਹੈ ਹਨਾ ਤੇ ਵੀਡੀਓ ਸ਼ੂਟ ਕਰਨ ਲੱਗੇ ਜੋ ਸਾਡਾ ਹਾਸਾ ਹੱਸ ਕੇ ਪੂਰਾ ਹਾਲ ਹੋਇਆ ਜੋ ਸਾਡੀ ਪੱਖੀਆਂ ਟੁੱਟੀ ਉਵੇਂ ਤੇ ਉੱਡੀਆਂ ਵੀ ਪੱਕਾ ਵੀਡੀਓ ਵੇਖ ਕੇ ਬਲੂਪਰ ਵੇਖ ਕੇ ਵੱਖੀਆਂ ਟੁੱਟ ਗਈਆਂ ਹੋਣਗੀਆਂ ਮਤਲਬ ਜਿੰਨੀ ਅਸੀਂ ਔਖੀ ਅਸੀਂ ਸ਼ੂਟ ਕੀਤੀ ਨਾ ਸਾਨੂੰ ਉਹ ਸਾਨੂੰ ਪਤਾ ਵੀ ਅਸੀਂ ਕਿਵੇਂ ਸ਼ੂਟ ਕੀਤੀ ਹੈ ਸਾਡਾ ਹਾਸਾ ਰੁਕੀ ਨਹੀਂ ਰਿਹਾ ਸੀ ਕਿ ਨਾ ਔਖਾ ਸੀ ਹਾਸਾ ਰੁਕ ਮਤਲਬ ਖੰਘ ਇੰਨੀ ਆਵੇ ਨਾ ਹਾਸਾ ਆਵੇ ਨਾ ਅੱਖਾਂ 'ਚ ਪਾਣੀ ਬੁਰੇ ਹਾਲ ਹੋ ਗਏ ਸੀਗੇ ਮੈਂ ਤਾਂ ਆਊਟ ਆਫ ਕੰਟਰੋਲ ਹੋ ਗਈ ਸੀ ਅਤੇ ਇੱਕ ਤੁਹਾਨੂੰ ਬੂਟਾਂ ਦੀ ਸਟੋਰੀ ਹੋਰ ਦੱਸਣੀ ਆ ਸਾਹਮਣੇ ਤੁਹਾਨੂੰ ਯਾਦ ਹੋਊਗਾ ਬੂਟ ਆਪਾਂ ਜਿਹੜੇ ਲਿਆਉਂਦੇ ਸੀ ਵੁੱਡਲੈਂਡ ਵਾਲੇ ਪਏ ਜਿਹੜੇ ਅਤੇ ਇਹ ਬੂਟ ਨਾ ਮੈਂ ਤਾਂ ਪਾ ਪੂ ਲੈਣਾ ਉੱਚੇ ਮਤਲਬ ਜਿਵੇਂ ਉੱਚੇ ਜਿਹੇ ਬੂਟ ਹੁੰਦੇ ਖੜੌਂਚੇ 'ਚ ਅਤੇ ਜੋਨੀ ਬਾਈ ਨਹੀਂ ਪਾਉਂਦਾ ਜੋਨੀ ਬਾਈ ਸਿਰਫ ਕੱਲ੍ਹ ਹੀ ਪਾ ਕੇ ਗਏ ਸੀਗੇ ਅਤੇ ਜੋਨੀ ਬਾਈ ਪਤਾ ਕੀ ਹੁੰਦਾ ਕਹਿੰਦਾ ਯਾਰ ਲੇਡੀਜ਼ ਪਤਾ ਨਹੀਂ ਇੰਨੀ ਹੀਲ ਉੱਚੀ ਕਿਵੇਂ ਪਾ ਲੈਂਦੇ ਆ ਕਹਿੰਦਾ ਮੇਰੇ ਤਾਂ ਬੂਟ ਪਾ ਕੇ ਜਿੱਦਣ ਜਿੱਦ ਦੁੱਕਣ ਲੱਗ ਗਏ ਸਾਨੂੰ ਆਦਤ ਆ ਨਹੀਂ ਲੇਡੀਜ਼ ਚੱਲ ਪਾ ਲੈਂਦੀ ਬਾਈ ਨੂੰ ਇੰਨਾ ਔਖਾ ਆਇਆ ਉਹ ਸੁਬਾਹ ਪਾ ਕੇ ਗਏ ਅਤੇ ਦੁਪਹਿਰੇ 12-1 ਵਜੇ ਦੇ ਨੂੰ ਸ਼ੂਜ਼ ਚੇਂਜ ਕਰ ਲਏ 12 ਵਜੇ ਹਾਂ 12 ਵਜੇ ਆ ਕੇ ਉਹ ਸ਼ੂਜ਼ ਚੇਂਜ ਕਰ ਗਏ ਅਤੇ ਚਲੋ ਠੀਕ ਹੈ ਜੀ ਹੁਣ ਇੱਦਾਂ ਨਾਲ ਸਟੇ ਟਿਊਨ ਰਹੋ ਹੈ ਨਾ ਤੁਹਾਨੂੰ ਪਤਾ ਹੁਣ ਤੁਸੀਂ ਵੇਖ ਲਏ ਤਾਂ ਵੀ ਅੱਗੇ ਵੀ ਵੀਡੀਓਜ਼ ਆਉਣ ਵਾਲੀਆਂ ਥੋੜ੍ਹੀ ਜਿਹੀਆਂ ਕਿੰਨੇ ਵਾਰੀ ਕਹੂੰਗਾ ਕੋਲੈਬੋਰੇਸ਼ਨ ਆ ਰਹੀ ਆ ਠੀਕ ਹੈ ਥੋੜ੍ਹਾ ਜਿਹਾ ਮੈਨੇਜ ਕਰ ਲਿਓ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੇ ਸਾਡੇ ਚੈਨਲ 'ਤੇ ਨਵੇਂ ਆਏ ਹੋ ਪਹਿਲੀ ਵਾਰੀ ਵੀਡੀਓ ਵੇਖਦੇ ਹੋ ਹੈ ਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਉਹ ਜਿਹੜਾ ਲਾਲ ਬਟਨ ਨਾ ਸਬਸਕ੍ਰਾਈਬ ਵਾਲਾ ਉਹਨੂੰ ਇੱਟ ਉੱਟ ਮਾਰ ਕੇ ਤੋੜ ਦਿਓ ਭੰਨ ਦਿਓ ਬਸ ਸਬਸਕ੍ਰਾਈਬ ਹੋ ਜਾਣਾ ਚਾਹੀਦਾ ਅਤੇ ਲਾਈਕ ਜ਼ਰੂਰ ਕਰੋ ਸ਼ੇਅਰ ਵੀ ਕਰਿਓ ਬਾਏ ਬਾਏ ਆਵੂ ਬਾਏ ਬਾਏ ਬੋਲਦੇ ਨਹੀਂ ਕੁੱਲਿਆ ਨਹੀਂ ਬੋਲਣਾ ਕੁੱਲਿਆ ਬੋਲਦੇ ਬਾਏ ਬਾਏ ਸ਼ਰਮਾਉਂਦਾ ਬੋਲਦਾ ਨਹੀਂ ਤੂੰ ਮੂਡ ਤੇ ਬਾਏ 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 ਓਏ